एटीएम बदल के एक दिव्यांग अध्यापका दे नाल ठगी मारन दा मामला सामने आया। जानकारी मुताबिक किया जा रहा है कि जो दिव्यांग अध्यापका सी ओ अपने पति दे नाल एक एटीएम दे विच पैसे कढवाउण दे लई गए सी, पर उत्थे एक पहला तो मौजूद शख्स ने उस दे नाल एटीएम कार्ड बदल लिया अते जिस तो बाद उन्हां दी सारी इनफॉर्मेशन उसने हासिल कर ली कि आखिर एटीएम कार्ड का पिन कोड की है। ता उस तो बाद दे विच जदों अध्यापका उत्थों चली जांदी है ता पहला उस शख्स दे वल्लों कहा जा रहा है कि 40,000 रुपए एटीएम दे राही कढवाए जांदे ने ते उस तो बाद दे विच जदों एटीएम दी लिमिट खत्म हो जांदी है ता ओह एक सुनियारे दी दुकान ते जा पहुंचदा है ते सुनियारे दी दुकान दे विच जाके करीब 60,000 तो उपर दी उस दे वल्लों शॉपिंग कीती जांदी है। परंतु जदों इस दा मैसेज अध्यापका दे बेटे कोल पहुंचदा है कि 40,000 रुपए कैश अते 60,000 तो उपर दी शॉपिंग कीती गई ता उसने तुरंत अपने माता पिता दे नाल गलबात कीती ता जिस तो बाद दे विच उन्हां नूं शक होया कि किते ना किते ओह हुण ठगी दा शिकार हो चुके ने ते जिवें ही ओह दुबारा बैंक दे अधिकारियां दे कोल पहुंचदे ने सीसीटीवी फुटेज खंगाली जांदी है ता उस दे विच सारा मामला साफ हो जांदा है जिस दे विच साफ देखिया जा सकदा है कि किस तरीके दे नाल इक शख्स दे वल्लों एटीएम कार्ड बदल लिया जांदा है अते सारी इनफॉर्मेशन उन्हां दे कोलों हासिल कर लई जांदी है ते जदों सारी इनफॉर्मेशन मिल जाती है तो पहला वह 40,000 रुपए नगद एटीएम दे विचों कढवाउंदा है ते उस तो बाद दे विच सुनियारे दी दुकान दे उत्ते पहुँच के कहा जा रहा है कि करीब 67,000 रुपए की शॉपिंग उसके वल्लों उत्ते भी की जाती है। फिलहाल अध्यापका ने उस शख्स नूं पहचान लिया ते हुण इसकी शिकायत पुलिस नूं भी दे दी गई है। तो मामला समराला तो सामने आया जिथे कि एक दिव्यांग अध्यापका दे नाल एटीएम बदल के ठगी मारी गई है। ਜਦੋਂ ਜੀ ਅਸੀਂ ਇੱਥੇ ਆਏ ਏਟੀਐਮ ਦੇ ਵਿੱਚ ਤਾਂ ਇੱਕ ਹੋਰ ਸਰਦਾਰ ਭਾਈ ਖੜਾ ਹੋਇਆ ਸੀ। ਅਸੀਂ ਦੋਨੋਂ ਹਸਬੈਂਡ ਵਾਈਫ ਆਏ ਤਾਂ ਅਸੀਂ ਕਾਰਡ ਨੂੰ ਉਹਦੇ ਵਿੱਚ ਮਸ਼ੀਨ ਦੇ ਵਿੱਚ ਪਾਇਆ ਤੇ ਮਸ਼ੀਨ ਨੇ ਜੋ ਮੇਰੇ ਕੋਲੋਂ ਮੰਗਿਆ ਮਤਲਬ ਉਹ ਮੈਂ ਅਨਸਰ ਭਰੀ ਗਈ ਉਹਦੇ ਵਿੱਚ। ਉਸ ਤੋਂ ਬਾਅਦ ਕਾਰਡ ਚੱਲਿਆ ਨਹੀਂ। ਜਿਹੜਾ ਇੱਕ ਹੋਰ ਬੰਦਾ ਉੱਥੇ ਅਗਲੀ ਮਸ਼ੀਨ ਤੇ ਟਰਾਈ ਕਰ ਰਿਹਾ ਸੀਗਾ ਤੇ ਉਹ ਆ ਕੇ ਸਾਨੂੰ ਕਹਿੰਦਾ ਜੀ ਮੇਰਾ ਕਾਰਡ ਵੀ ਨਹੀਂ ਮਸ਼ੀਨ ਨੇ ਚੱਕਿਆ ਹੈਗਾ ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਆ ਕੇ ਖੜ ਗਿਆ। ਅਸੀਂ ਉਹਨੂੰ ਕੁਛ ਨਹੀਂ ਜਵਾਬ ਦਿੱਤਾ ਹੈਗਾ, ਨਾ ਹਾਂ ਦਾ ਨਾ ਦਾ। ਤੇ ਅਸੀਂ ਦੂਜੀ ਵਾਰ ਕਾਰਡ ਮਸ਼ੀਨ ਦੇ ਵਿੱਚ ਫੇਰ ਪਾਤਾ ਜੀ। ਉਹ ਮੇਰਾ ਕਾਰਡ ਮਤਲਬ ਐਂ ਕਹਿੰਦਾ ਸੀਗਾ ਲਿਆਓ ਮੈਡਮ ਮੈਂ ਕਰਾਂ, ਮੈਂ ਉਹਨੂੰ ਕਰਨ ਨਹੀਂ ਦਿੱਤਾ ਹੈਗਾ। ਤੇ ਉਹ ਫਿਰ ਉਹ ਮੈਨੂੰ ਕਹਿੰਦਾ ਜੀ ਦੋ ਅੱਖਰ ਕੋਈ ਦਵਾ ਦਿਓ ਤੇ ਮੈਂ ਨਹੀਂ ਜੀ ਦਵਾਏ ਹੈਗੇ। ਉਸ ਤੋਂ ਬਾਅਦ ਮੈਨੂੰ ਕਹਿੰਦਾ ਉਹਨੇ ਕੋਈ ਅੱਖਰ ਦਵਾਤੇ, ਮੈਨੂੰ ਨਹੀਂ ਜੀ ਪਤਾ ਕਿਹੜੇ ਅੱਖਰ ਦੋ ਦਵਾਏ ਨੇ। ਉਸ ਤੋਂ ਬਾਅਦ ਉਹਨੇ ਕੀ ਕੀਤਾ ਜੀ ਮੈਨੂੰ ਕਹਿੰਦੇ ਸੀਕਰਟ ਕੋਡ ਭਰ ਦਿਓ ਤੇ ਮੈਂ ਭਰ ਦਿੱਤਾ ਜੀ। ਉਹ ਮੇਰੇ ਪਿੱਛੇ ਖੜਾ ਸੀਗਾ, ਉੱਥੋਂ ਹੀ ਉਹਨੇ ਉਹ ਨੰਬਰ ਨੋਟ ਕਰ ਲਿਆ ਜੀ। ਫਿਰ ਉਹਨੇ ਸਾਨੂੰ ਕੈਸ਼ ਨਹੀਂ ਨਿਕਲਿਆ ਕਾਰਡ, ਫਿਰ ਅਗਲੀ ਵਾਰੀ ਅਸੀਂ ਆਪ ਪਾਇਆ ਤੇ ਉਸ ਤੋਂ ਬਾਅਦ ਜੀ ਕਾਰਡ ਪਾਉਣ ਤੋਂ ਬਾਅਦ ਫਿਰ ਉਹਨੇ ਮੈਨੂੰ ਬੋਲਿਆ ਵੀ ਮੈਡਮ ਕੋਈ ਦੋ ਅੱਖਰ ਭਰ ਦਿਓ, ਮੈਂ ਨਹੀਂ ਜੀ ਭਰਿਆ ਹੈਗਾ। ਉਸ ਤੋਂ ਬਾਅਦ ਉਹ ਕਹਿੰਦੇ ਜੀ ਸੀਕਰਟ ਕੋਡ ਭਰ ਦਿਓ। ਚਲੋ ਮੈਂ ਭਰਤਾ ਜੀ ਤੇ ਉਸ ਤੋਂ ਬਾਅਦ ਕੋਈ ਹਸਬੈਂਡ ਮੈਨੂੰ ਮੈਸੇਜ ਦਿਖਾਉਣ ਲੱਗ ਗਏ। ਮੈਸੇਜ ਦਿਖਾਉਂਦੇ ਦਿਖਾਉਂਦੇ ਕਹਿੰਦੇ ਆਹ ਦੇਖੀ। ਚਲੋ ਸਾਨੂੰ ਦੋਨਾਂ ਨੂੰ ਮੈਸੇਜ ਨਹੀਂ ਸਮਝ ਲੱਗਿਆ ਹੈਗਾ ਮੈਸੇਜ ਸਮਝ। ਮੈਂ ਕਿਹਾ ਚਲੋ ਮੈਂ ਫਿਰ ਦੇਖਦੀ ਹਾਂ ਵੀ ਮੈਥੋਂ ਕੋਈ ਗਲਤ ਬਟਨ ਨਾ ਦਬਾ ਹੋ ਜਾਵੇ। ਤੇ ਅਸੀਂ ਫਿਰ ਟਰਾਈ ਕਰਦੇ ਰਹੇ ਉਹ ਬੱਚਿਆਂ ਵਾਂਗ। ਉਹ ਏਦਾਂ ਚਾਹੁੰਦਾ ਸੀਗਾ ਵੀ ਮੈਂ ਭਰਾਂ ਉਹਦੇ ਵਿੱਚ ਮਸ਼ੀਨ ਦੇ ਵਿੱਚ ਜੋ ਮਰਜ਼ੀ ਕਰਾਂ। ਤੇ ਉਸ ਤੋਂ ਬਾਅਦ ਜੀ ਉਹਨੇ ਕੀ ਕਰਿਆ ਉਹ ਕਾਰਡ ਉਹਦੇ ਵਿੱਚ ਮਸ਼ੀਨ ਦੇ ਵਿੱਚੋਂ ਕੱਢ ਕੇ ਆਪਣੇ ਹੱਥ ਵਿੱਚ ਫੜ ਲਿਆ। ਫੜਨ ਤੋਂ ਬਾਅਦ ਜੀ ਉਹ ਇੱਥੇ ਖੜਾ ਹੈ, ਮੇਰੇ ਹਸਬੈਂਡ ਇੱਥੇ ਖੜੇ ਨੇ, ਮੈਂ ਇੱਥੇ ਖੜੀ ਹਾਂ। ਉਹ ਏਦਾਂ ਹੀ ਉਹ ਪਿੱਛੇ ਨੂੰ ਹੱਥ ਕਰ ਰਿਹਾ ਏਦਾਂ ਏਦਾਂ ਕਰਦੇ ਕਰਦੇ ਜੀ ਉਹ ਸਾਡੇ ਨਾਲ ਕਾਰਡ ਚੇਂਜ ਕਰ ਗਿਆ ਜੀ, ਕਾਰਡ ਲੈ ਗਿਆ। ਕਾਰਡ ਲਿਜਾਣ ਤੋਂ ਬਾਅਦ ਅਸੀਂ ਆਪਣਾ ਘਰ ਨੂੰ ਚਲੇ ਗਏ। ਘਰ ਨੂੰ ਜਾਣ ਤੋਂ ਬਾਅਦ ਤੇ ਫਿਰ ਸਾਨੂੰ ਬਾਅਦ ਵਿੱਚ ਅਸੀਂ ਨਹੀਂ ਗੋਲਿਆ ਹੈਗਾ, ਫਿਰ ਵੀ ਸਾਨੂੰ ਮੈਸੇਜ ਆਏ। ਸਾਨੂੰ ਨਹੀਂ ਪਤਾ ਲੱਗਿਆ ਹੈਗਾ ਵੀ ਕੀ ਮੈਸੇਜ ਆਇਆ, ਅਸੀਂ ਦੇਖਿਆ ਨਹੀਂ ਆਪਣੇ ਕੰਮਾਂ ਕਾਰਾਂ 'ਚ ਘਰ ਜਾ ਕੇ ਲੱਗ ਗਏ। ਤੇ ਉਸ ਤੋਂ ਬਾਅਦ ਜੀ 4-5 ਵਜੇ ਮੇਰੇ ਬੇਟੇ ਦਾ ਫੋਨ ਆਇਆ ਉੱਠਦਿਆਂ ਨੂੰ 28 ਤਰੀਕ ਨੂੰ। ਹਾਂਜੀ 28 ਤਰੀਕ ਨੂੰ ਉੱਠਦਿਆਂ ਨੂੰ ਫੋਨ ਆਇਆ ਤੇ ਉਹ ਬੋਲੇ ਕਹਿੰਦੇ ਵੀ ਡੈਡੀ ਕੱਲ ਤੁਸੀਂ ਬੈਂਕ ਵਿੱਚ ਗਏ ਸੀ ਵੀ ਪੈਸੇ ਲੈ ਕੇ ਆਓ। ਕਹਿੰਦੇ ਹਾਂ ਵੀ ਗਏ ਸੀਗੇ ਵੀ ਕਾਰਡ ਨਹੀਂ ਸਾਡਾ ਚੱਲਿਆ, ਸਾਨੂੰ ਪੈਸੇ ਨਹੀਂ ਮਿਲੇ ਹੈਗੇ। ਤੇ ਉਹ ਕਹਿੰਦੇ ਵੀ ਚਲੋ ਮੰਮੀ ਨਾਲ ਗੱਲ ਕਰਾ ਦਿਓ ਨਾ। ਮੰਮੀ ਦਾ ਗੱਲ ਕਰਾਉਂਦੇ ਕਰਾਉਂਦੇ ਕਹਿੰਦੇ ਮੰਮੀ ਤੁਸੀਂ ਪੈਸੇ ਲੈ ਕੇ ਆਏ। ਮੈਂ ਕਿਹਾ ਵੀ ਪੈਸੇ ਅਸੀਂ ਕਾਰਡ ਟਰਾਈ ਕੀਤੀ ਵੀ ਕਾਰਡ ਚੱਲਿਆ ਨਹੀਂ। ਕਹਿੰਦੇ ਮੰਮੀ ਉਹ ਤਾਂ ਪੈਸੇ ਕੋਈ ਲੈ ਗਿਆ। ਮੈਂ ਕਿਹਾ ਚੱਲ ਠੀਕ ਆ, ਲੈ ਗਏ ਕਿੰਨੇ ਕੁ ਲੈ ਗਏ? ਚਲੋ ਉਹਨੇ ਮੈਨੂੰ ਹੌਲੀ ਦੇਣੇ ਦੱਸਤਾ, ਕਹਿੰਦਾ ਮੰਮੀ 10,000 ਕਰਕੇ ਉੱਥੋਂ ਕੱਢਿਆ ਤੇ ਤੁਹਾਡਾ ਵੀ ਅਸ਼ੋਕਾ ਦੇ ਜਾ ਕੇ ਜੂਲਰ ਦੇ ਉਹਨੇ
67,000 ਦੀ ਪੇਮੈਂਟ ਕੀਤੀ ਹੈ ਤੁਹਾਡੇ ਕਾਰਡ ਦੇ ਥਰੂ। ਤੇ ਉਸ ਤੋਂ ਬਾਅਦ ਜੀ ਚਲੋ ਕੀ ਹੋਇਆ ਫਿਰ ਸਾਡੇ ਨਾਲ ਐਦਾਂ ਹੋਇਆ, ਫਿਰ ਅਸੀਂ ਅਗਲੇ ਦਿਨ ਫਿਰ ਇੱਥੇ ਬੈਂਕ ਦੇ ਵਿੱਚ ਆਏ ਤੇ ਮੈਨੇਜਰ ਸਾਹਿਬ ਨੂੰ ਦੇਖ ਕੇ ਅਸੀਂ ਕੈਮਰੇ ਦੇ ਵਿੱਚ ਮੈਂ ਉਹ ਬੰਦਾ ਪਛਾਣ ਲਿਆ ਤੇ ਪਛਾਣ ਹੁੰਦਾ ਸੀਗਾ। ਤੇ ਫਿਰ ਅਸੀਂ ਅਸ਼ੋਕਾ ਦੇ ਗਏ, ਅਸ਼ੋਕਾ ਨੇ ਸਾਨੂੰ ਸਾਰੀ ਉਹ ਵੀਡੀਓ ਬਣਾ ਕੇ ਦਿੱਤੀ ਹੈ ਜੀ, ਉਹ ਮੇਰੇ ਕੋਲ ਇਸ ਟਾਈਮ ਹੈਗੀ ਆ। ਤੁਸੀਂ ਪੁਲਿਸ ਨੂੰ ਸਲਾਹ ਦਿੱਤੀ? ਹਾਂਜੀ ਅਸੀਂ ਸਲਾਹ ਦਿੱਤੀ। ਕੀ ਕਹਿੰਦੀ ਹੈ ਪੁਲਿਸ? ਅਜੇ ਕੁਛ ਨਹੀਂ ਕਿਹਾ ਜੀ। ਅਸੀਂ ਫਿਰ ਉਸ ਤੋਂ ਬਾਅਦ ਥਾਣੇ ਗਏ, ਕਚਹਿਰੀਆਂ ਰਿਪੋਰਟ ਲਿਖਾਈ। ਰਿਪੋਰਟ ਲਿਖਾਉਣ ਤੋਂ ਬਾਅਦ ਸਾਨੂੰ ਕਹਿੰਦੇ ਜੀ ਖੰਨੇ ਕਿਹੜਾ ਉਹ ਸੈੱਲ ਹੈਗਾ। ਹਾਂਜੀ ਉਹ ਸੈੱਲ ਉੱਥੇ ਅਸੀਂ ਦੇ ਕੇ ਆਏ, ਪਰ ਮਤਲਬ 28 ਤਰੀਕ ਨੂੰ ਇੱਥੋਂ ਅਸੀਂ 4:15 ਵਜੇ ਚੱਲੇ ਤੇ ਅਸੀਂ 5 ਵਜੇ ਉੱਥੇ ਪਹੁੰਚ ਗਏ ਸੀਗੇ। ਕਿੰਨੇ ਪੈਸੇ ਟੋਟਲ? ਸਰ 40,000 ਉਹਨੇ ਬੈਂਕ ਵਿੱਚੋਂ ਕਢਾਇਆ, 67,000 ਦੀ ਅਸ਼ੋਕਾ ਦੀ ਪੇਮੈਂਟ ਕੀਤੀ ਹੈ।